हाँ जी दोस्तों, अज सवेर का ही मीह पै रहा है तो घरे डके हुए हैं, काम से भी नहीं जा होया क्योंकि मीह बहुत तेज सी खन्ने शहर के विच। सो थोड़े इलाकों में की पोजिशन है जी, कितने कितने मीह अज पे कितना मीह पे? खन्ने तो जिन्हों कह दवा कि बहुत ज़्यादा मीह पे, तो थोनू मैं क्योंकि हूँ घर बैठे बैठे बोर हो गए, लगभग 1.5 बज चुके हैं, तो मन किया कि चलो गड्डी लेके चलते हैं तो शहर का भी हालात देखते हैं कि शहर के हालात की ने, कितने कितने पानी खड़ गया कि पोल जी नगर कौंसल की खोलन जा रहे हैं। हूँ मैं खन्ने शहर के कितने कितने पानी खड़ा है क्योंकि बड़े बड़े दावे किए जाते हैं सरकार वालों, नगर कौंसल वालों बड़े बड़े दावे किए जाते हैं कि सारा कुछ सही है। आओ लै चलना है तो दिखाना है खन्ने शहर के हालात। कहते कहावत सी बहुत बड़ी कि खन्ना शहर नगीना, कहते जो एक बार उरे आ गया वो रहा एक महीना, महीना रहने का कारण यही है कि जो एक बार बंदा महल्ले बढ़ गया तो मीह पै गया तो समझ लो फिर वो महल्ले चो निकलना बड़ा मुख है। चलो गड्डी चलते हैं देखते हैं नज़ारे खन्ने शहर के। तो तुम देख रहे हो जी कितना तेज मीह है, बारिश अजे तो फिर भी घटी हुई है, तो चलते हैं जी। ये जी एशिया की सब तो बड़ी अनाज मंडी, तो तुसी देख रहे हो पानी कितना खड़ा है, एशिया की सब तो बड़ी अनाज मंडी। पानी के हालात तुसी देख रहे हो, आप कह सकते हैं कि मंडी पानी च डुबी हुई है। सो मेरे ख्याल मक्की की फसल जड़ी है वो आई हुई है, एशिया की सब तो बड़ी अनाज मंडी। असि चल रहे हैं जी एशिया की सब तो बड़ी अनाज मंडी दे विच, तुसीं देख रहे हो गड्डी चलनी भी औखी है। सारे पासे पानी ही पानी दिखाई दे रहा है, एशिया दी अनाज मंडी थोड़ी मोटी फसल जड़ी है मक्की दी फसल आई हुई है, तुसी देख रहे हो शायद फसल गिली भी हो गई है। एशिया की सब तो बड़ी अनाज मंडी है जी ये। देख रहे हो फसल मक्की की फसल है जी, ढेर लगे हुए ने, दूजे पासे तुसी पानी के हालात देख रहे हो। रियलिटी दिखा रहे हैं जी खन्ने शहर की, थोड़ा
ਥੋੜਾ ਮੋਟਾ ਪਾਣੀ ਨਹੀਂ ਹੈ, ਬਹੁਤ ਬੜੀ ਮਾਤਰਾ ਦੇ ਵਿੱਚ ਪਾਣੀ ਖੜਾ ਜੀ। ਜਿੱਧਰ ਨੂੰ ਮਰਜ਼ੀ ਦੇਖ ਲਓ, ਪਾਣੀ ਉਹ ਪਾਣੀ ਤੇ। ਜੀ ਟੀ ਰੋਡ ਤੋਂ ਅਸੀਂ ਮੰਡੀ ਚ ਐਂਟਰੀ ਕੀਤੀ ਸੀ। ਇਹ ਮਾਰਕੀਟ ਕਮੇਟੀ ਹੈ ਜੀ, ਤੇ ਇੱਧਰ ਮੰਡੀ। ਇਹ ਆ ਗਿਆ ਜੀ ਸਮਰਾਲਾ ਰੋਡ। ਮਤਲਬ ਜਿੱਧਰ ਮਰਜ਼ੀ ਚਲੇ ਜਾਓ ਤੁਹਾਨੂੰ ਪਾਣੀ ਉਹ ਪਾਣੀ ਜਿਹੜਾ ਹੈ ਨਜ਼ਰ ਆਊਗਾ। ਸਮਰਾਲਾ ਰੋਡ ਅਸੀਂ ਜਦਕਿ ਪੁੱਲ ਦੇ ਨੀਚੇ ਹੈ, ਫਿਰ ਵੀ ਤੁਸੀਂ ਹਾਲਾਤ ਦੇਖ ਰਹੇ ਹੋ। ਇਹ ਹੈ ਸਾਡਾ ਖੰਨਾ ਸ਼ਹਿਰ, ਏਸ਼ੀਆ ਦੀ ਸਭ ਤੋਂ ਬੜੀ ਅਨਾਜ ਮੰਡੀ ਦਾ ਤੁਹਾਨੂੰ ਹਾਲ ਦਿਖਾਇਆ। ਅਜੀਬ ਜ਼ਿਆਦਾ ਲੱਗੇ ਹੋਏ ਨੇ ਪੰਪ ਲਾਉਣ। ਇਹ ਆ ਗਿਆ ਜੀ ਸਮਰਾਲਾ ਰੋਡ। ਅੱਗੇ ਹੈ ਰਤਨਹੇੜੀ ਰੋਡ ਦਾ ਜਿਹੜਾ ਪੁੱਲ ਹੈ, ਅੰਡਰ ਬ੍ਰਿਜ ਨਵਾਂ ਬਣਿਆ, ਔਰ ਹਾਲਾਤ ਕੀ ਨੇ ਇਹ ਵੀ ਦਿਖਾਉਣ ਲੱਗਿਆ ਤੁਹਾਨੂੰ। ਇਹ ਹੈ ਜੀ ਖੰਨੇ ਦਾ ਸਭ ਤੋਂ ਪੀਸਫੁਲ ਏਰੀਆ, ਔਰ ਤੁਸੀਂ ਦੇਖ ਰਹੇ ਹੋ ਕਿ ਸਭ ਤੋਂ ਜ਼ਿਆਦਾ ਪਾਣੀ ਵੀ ਇੱਥੇ ਖੜਦਾ ਹੈ। ਸਮਾਧੀ ਰੋਡ ਹੈ ਇਹ, ਸੋ ਬੱਸ ਸਟੈਂਡ ਦੇ ਬਿਲਕੁਲ ਨਾਲ ਸਮਾਧੀ ਰੋਡ। ਤੁਸੀਂ ਦੇਖ ਰਹੇ ਹੋ ਕਿ ਪਾਣੀ ਦੇ ਹਾਲਾਤ ਉਰੇ ਐਸੇ ਨੇ। ਇੱਧਰ ਸਮਾਧੀ ਹੈ ਜੀ, ਸਾਡੇ ਖੰਨੇ ਸ਼ਹਿਰ ਦੇ ਸਭ ਤੋਂ ਬੜਾ ਮੰਦਰ ਹੈ, ਸਮਾਧੀ ਵਾਲਾ ਮੰਦਰ ਕਹਿੰਦੇ ਨੇ ਜੀ। ਤੁਸੀਂ ਦੇਖ ਰਹੇ ਹੋ ਕਿ ਪਾਣੀ ਦਾ ਹਾਲਾਤ ਕੀ ਨੇ ਉਰੇ। ਸਮਾਧੀ ਰੋਡ, ਕਚਹਿਰੀਆਂ ਵੀ ਇਸੇ ਰੋਡ। ਤੋ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਕਚਹਿਰੀਆਂ ਵਾਲੇ ਪਾਸੇ ਵੀ ਲੈ ਕੇ ਜਾਣ ਦੀ। ਸੋ ਰਾਈਟ ਹੈਂਡ ਦੇ ਉੱਪਰ ਜਿਹੜੀਆਂ ਨੇ ਕਚਹਿਰੀਆਂ ਜੀ, ਲਓ ਕਚਹਿਰੀਆਂ ਦਾ ਹਾਲ ਵੀ ਦੇਖ ਲਓ। ਲਓ ਜੀ ਦੇਖੋ ਹਾਲ ਕਚਹਿਰੀਆਂ ਦੇ, ਪਾਣੀ ਕਿੰਨਾ ਕਿੰਨਾ ਖੜਾ। ਅੱਜ ਗੱਡੀ ਲੈ ਹੀ ਜਾਂਦੇ ਹਾਂ ਜੀ ਅੰਦਰ ਨੂੰ। ਸੋ ਤੁਸੀਂ ਦੇਖ ਰਹੇ ਹੋ ਪਾਣੀ ਦੇ ਹਾਲਾਤ। ਅੱਗੇ ਹੈ ਰਤਨਹੇੜੀ ਰੋਡ ਦਾ ਜਿਹੜਾ ਪੁੱਲ ਹੈ, ਅੰਡਰ ਬ੍ਰਿਜ ਨਵਾਂ ਬਣਿਆ, ਔਰ ਹਾਲਾਤ ਕੀ ਨੇ ਇਹ ਵੀ ਦਿਖਾਉਣ ਲੱਗਿਆ ਤੁਹਾਨੂੰ। ਰਤਨਹੇੜੀ ਅੰਡਰ ਬ੍ਰਿਜ ਦੇ ਹਾਲਾਤ ਲਓ ਜੀ, ਦੇਖਿਓ ਹਾਲਾਤ। ਸਾਹਮਣੇ ਅੰਡਰ ਬ੍ਰਿਜ ਹੈ ਜੀ, ਸਾਰਾ ਰਸਤਾ ਕੱਚਾ ਪਿਆ, ਹਜੇ ਟੋਏ ਪਏ ਆ, ਬੜੇ ਬੜੇ ਟੋਏ ਨੇ ਜੀ। ਲਓ ਜੀ ਅੰਡਰ ਬ੍ਰਿਜ ਆ ਗਿਆ। ਸਭ ਕੁਛ ਦੇਖਦੇ ਹੋਏ ਵੀ ਆਖਿਰ ਪ੍ਰਸ਼ਾਸਨ ਖਾਮੋਸ਼ ਕਿਉਂ ਹੈ, ਇੱਕ ਗੱਲ ਸਮਝ ਨਹੀਂ ਆਉਂਦੀ। ਲਓ ਜੀ ਇਹ ਆ ਗਏ ਜੀ ਅਸੀਂ ਅੰਡਰ ਬ੍ਰਿਜ ਦੇ ਅੰਦਰ। ਹੁਣ ਤੁਹਾਨੂੰ ਅੰਦਰ ਦੇ ਹਾਲ ਵੀ ਦਿਖਾ ਦਿੰਦੇ ਹਾਂ ਜੀ। ਬਹੁਤ ਵਧੀਆ ਬਣਿਆ ਹੋਇਆ ਜੀ ਅੰਡਰ ਬ੍ਰਿਜ, ਕੋਈ ਸਮੱਸਿਆ ਨਹੀਂ ਹੈ। ਬੜੇ ਪਿਆਰ ਨਾਲ ਮੀਂਹ 'ਚੋਂ ਨਿਕਲ ਕੇ ਉਹਦੇ ਉੱਪਰ ਛੱਤ ਬਹੁਤ ਵਧੀਆ ਪਈ ਹੋਈ ਹੈ, ਅਤੇ ਅੰਡਰ ਬ੍ਰਿਜ ਬਹੁਤ ਵਧੀਆ, ਕੋਈ ਪਾਣੀ ਦੀ ਉਹ ਨਹੀਂ ਹੈ। ਪਰ ਫਿਰ ਵੀ ਕਹਿੰਦੇ ਆ ਦੇਖੋ ਉੱਪਰੋਂ ਛੱਤ 'ਚ ਹੋ ਰਹੀ ਹੈ ਜਿੱਥੋਂ ਗੱਡੀ ਲੰਘਦੀ ਹੈ, ਔਰ ਹਾਲਾਤ ਆ ਪਾਣੀ ਹੈ ਜੀ। ਹੁਣ ਤਾਂ ਇਸ ਵਾਰ ਘੱਟ ਗਿਆ ਬਹੁਤ, ਕਿਉਂਕਿ ਪੈਪਾਂ ਸਾਈਡ 'ਤੇ ਬੰਦ ਕਰਤੀ ਇਹਨਾਂ ਨੇ, ਨਹੀਂ ਤਾਂ ਉਰੇ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਸੀਗਾ ਜਿਹੜਾ ਇਹ ਅੰਡਰ ਬ੍ਰਿਜ ਸੀ। ਲਓ ਜੀ ਅੱਗੇ ਹੈ ਰਤਨਹੇੜੀ।